ਦੇਖ ਸਕਦੇ ਹੋ ਇੱਥੇ ਸਰਿਆਮ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ, ਖੱਟਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ। ਡਰੋਨ ਪੰਜਾਬ ਦੇ ਸਰਹੱਦ ਦੇ ਵਿੱਚ ਦਾਖਲ ਹੁੰਦਾ ਅਤੇ ਇੱਥੇ ਖੜ੍ਹੇ ਨੌਜਵਾਨਾਂ 'ਤੇ, ਬਜ਼ੁਰਗਾਂ 'ਤੇ, ਬੱਚਿਆਂ 'ਤੇ, ਇਸਤਰੀਆਂ 'ਤੇ ਉੱਤੇ ਹਮਲਾ ਕਰਦਾ। 6 ਮਹੀਨੇ ਕਿਸਾਨ ਮਿਹਨਤ ਕਰਦਾ ਅਤੇ ਜੇ ਉਸਨੂੰ ਉਸਦੀ MSP ਨਹੀਂ ਮਿਲ ਸਕਦੀ ਤਾਂ ਇਹ ਤਾਂ ਗਲਤ ਗੱਲ ਹੈ, ਕਿਉਂਕਿ ਹਰੇਕ ਵਪਾਰੀ, ਕੋਈ ਵੀ ਮਤਲਬ ਕਿ ਵਪਾਰੀ ਆਪਣੀ ਚੀਜ਼ ਬਣਾਉਂਦਾ ਅਤੇ ਉਹਦਾ ਆਪਣਾ ਰੇਟ ਤੈਅ ਕਰਦਾ, ਪਰ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀਂ ਕਰ ਸਕਦਾ। ਇੱਥੇ ਦੇਖਣ ਯੋਗ ਹੈ ਕਿ ਵਾਰ ਵਾਰ ਬੰਬ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਅਤੇ ਗੋਲਾ ਸੁੱਟਣ, ਜਿਵੇਂ ਕੋਈ ਇੱਥੇ ਬਾਰਡਰ ਦਾ ਰੂਪ ਧਾਰਨ ਕਰ ਗਿਆ ਹੋਵੇ, ਜਿਵੇਂ ਆਪਾਂ ਕਿਤੇ ਪਾਕਿਸਤਾਨ ਦੇ ਬਾਰਡਰ 'ਤੇ ਖੜ੍ਹੇ ਹੋਈਏ। ਦੇਖ ਸਕਦੇ ਹੋ ਇੱਥੇ ਸਰਿਆਮ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ, ਖੱਟਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ। ਵਾਰ ਵਾਰ ਡਰੋਨ ਪੰਜਾਬ ਦੇ ਸਰਹੱਦ ਦੇ ਵਿੱਚ ਦਾਖਲ ਹੁੰਦਾ ਅਤੇ ਇੱਥੇ ਖੜ੍ਹੇ ਨੌਜਵਾਨਾਂ 'ਤੇ, ਬਜ਼ੁਰਗਾਂ 'ਤੇ, ਬੱਚਿਆਂ 'ਤੇ, ਇਸਤਰੀਆਂ 'ਤੇ ਉੱਤੇ ਹਮਲਾ ਕਰਦਾ ਅਤੇ ਇਹ ਜਿਹੜਾ ਹਮਲਾ ਹੈ ਇਹ ਬਹੁਤ ਜ਼ਿਆਦਾ ਘਾਤਕ ਹੋ ਸਕਦਾ। ਕਈ ਕੱਲ੍ਹ ਲਗਭਗ 100 ਦੇ ਲਗਭਗ ਬੱਚੇ, ਬੁੱਢੇ ਅਤੇ ਨੌਜਵਾਨ, ਇਸਤਰੀਆਂ ਕੱਲ ਫੱਟੜ ਹੋ ਗਏ ਸੀ ਅਤੇ ਅੱਜ ਵੀ ਇਹ ਗਿਣਤੀ ਜਾ ਰਹੀ ਹੈ ਅਤੇ ਇਹ ਤੁਹਾਨੂੰ ਦਿਖਾ ਦਿੰਦੇ ਹਾਂ। ਇੱਥੇ ਨੌਜਵਾਨ ਨੋ ਫਾਰਮਰ ਨੋ ਫੂਡ ਦਾ ਫੱਟਾ ਲੈ ਕੇ ਖੜ੍ਹਾ ਅਤੇ ਸਰਕਾਰ ਨੂੰ ਅਰਜ਼ ਕਰ ਰਿਹਾ ਕਿ ਸਾਡੀਆਂ ਮੰਗਾਂ ਮੰਨ ਲਓ, ਅਸੀਂ ਕੋਈ ਅੱਤਵਾਦੀ ਨਹੀਂ ਹੈਗੇ। ਅਤੇ ਇੱਕ ਨੌਜਵਾਨ ਜਿਹੜਾ ਇੱਥੇ ਜੁੜਿਆ ਹੋਇਆ, ਜਾਂ ਕੋਈ ਨੌਜਵਾਨ ਹੈ, ਚਾਹੇ ਕੋਈ ਬੁੱਢਾ ਹੈ, ਚਾਹੇ ਕੋਈ ਵੀ ਹੈ, ਸਭ ਦੀ ਇਹੀ ਮੰਸ਼ਾ ਹੈ ਕਿ ਸਾਡੇ ਕਾਨੂੰਨ ਸਾਡੇ ਮੰਨ ਲਏ ਜਾਣ ਅਤੇ ਜਿਹੜੇ ਸਾਡੇ 'ਤੇ ਕਾਨੂੰਨ ਥੋਪੇ ਸੀ ਉਹ ਵਾਪਸ ਲੈ ਜਾਣ ਅਤੇ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਖੁਸ਼ੀ ਖੁਸ਼ੀ ਘਰ ਤੋਰ ਦਿਓ। ਅਸੀਂ ਕੋਈ ਅੱਤਵਾਦੀ ਨਹੀਂ ਹੈਗੇ, ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ, ਅਸੀਂ ਤੁਹਾਡੇ ਹੀ ਜਾਏ ਹਾਂ। ਪੰਜਾਬ ਅਤੇ ਹਰਿਆਣਾ ਇੱਕੋ ਸਟੇਟ ਸੀ ਅਤੇ ਇਹ ਬਾਅਦ ਦੇ ਵਿੱਚ ਅਲੱਗ ਹੋ ਗਏ, ਉਹ ਗੱਲ ਵੱਖਰੀ ਹੈ, ਪਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਦੇ ਮਤਲਬ ਕਿ ਏਰੀਏ ਦੇ ਵਿੱਚ ਆ ਕੇ ਇਸ ਤਰ੍ਹਾਂ ਨਹੀਂ ਕਰ ਸਕਦੀ। ਇਹ ਇਹਨਾਂ ਨੂੰ ਕੌਣ ਹੱਕ ਦੇ ਰਿਹਾ ਹੈ, ਇਹ ਵੀ ਦੇਖਣ ਯੋਗ ਹੈ ਅਤੇ ਸ਼ਰਮ ਦੀ ਗੱਲ ਹੈ ਇਹ। ਅਤੇ ਵਾਰ ਵਾਰ ਡਰੋਨ ਆ ਕੇ ਹਮਲਾ ਕਰਦਾ, ਇਹ ਵੀ ਸ਼ਰਮ ਦੀ ਗੱਲ ਹੈ ਅਤੇ ਭਗਵੰਤ ਮਾਨ ਸਰਕਾਰ ਨੂੰ ਇਸ ਬਾਰੇ ਪਤਾ ਕਰਨਾ ਚਾਹੀਦਾ ਅਤੇ ਇਹ ਜਿਹੜਾ ਹੋ ਰਿਹਾ ਵਾਰ ਵਾਰ ਹਮਲਾ ਇਹ ਬੰਦ ਹੋਣਾ ਚਾਹੀਦਾ ਅਤੇ ਪੰਜਾਬ ਦੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ। ਨੌਜਵਾਨ ਜੋ ਵੀ ਇੱਥੇ ਆਏ ਨੇ ਇਹ ਸਾਰਿਆਂ ਦੀ ਇਕੱਲੇ ਇਕੱਲੇ ਨੌਜਵਾਨ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਅੰਡਰ ਆਉਂਦੀ ਹੈ ਅਤੇ ਸ਼ਰਮ ਦੀ ਗੱਲ ਹੈ ਕਿ ਇੰਨਾ ਜਿਹੜਾ ਐਡਾ ਕੀ ਮੰਗ ਲਿਆ ਯਾਰ ਜੱਟਾਂ ਨੇ, ਐਡਾ ਕੀ ਗੁਨਾਹ ਹੋ ਗਿਆ। ਪੰਜਾਬ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਇਹਨਾਂ ਦੀਆਂ ਮੰਗਾਂ ਤਾਂ ਦੇਖੋ ਕਿੰਨੀਆਂ ਜਾਇਜ਼ ਨੇ। ਇਹਨਾਂ ਨੇ ਕੀ ਮੰਗ ਲਿਆ, ਕੋਈ ਜ਼ਿਆਦਾ ਚੀਜ਼ ਨਹੀਂ ਮੰਗੀ, ਆਪਣੇ ਹੱਕੇ ਮੰਗੇ ਨੇ। 6 ਮਹੀਨੇ ਕਿਸਾਨ ਮਿਹਨਤ ਕਰਦਾ ਅਤੇ ਜੇ ਉਸਨੂੰ ਉਸਦੀ MSP ਨਹੀਂ ਮਿਲ ਸਕਦੀ ਤਾਂ ਇਹ ਤਾਂ ਗਲਤ ਗੱਲ ਹੈ, ਕਿਉਂਕਿ ਹਰੇਕ ਵਪਾਰੀ, ਕੋਈ ਵੀ ਮਤਲਬ ਕਿ ਵਪਾਰੀ ਆਪਣੀ ਚੀਜ਼ ਬਣਾਉਂਦਾ ਅਤੇ ਉਹਦਾ ਆਪਣਾ ਰੇਟ ਤੈਅ ਕਰਦਾ, ਪਰ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀਂ ਕਰ ਸਕਦਾ। ਇਹ ਸਾਰਿਆਂ ਤੋਂ ਬੜੀ ਤਰਾਸਦੀ ਹੈ, ਸ਼ੁਰੂ ਤੋਂ ਤਰਾਸਦੀ ਰਹੀ ਹੈ। ਅਤੇ ਇੱਥੇ ਦੇਖਣ ਯੋਗ ਹੈ ਕਿ ਵਾਰ ਵਾਰ ਬੰਬ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਅਤੇ ਗੋਲਾ ਸੁੱਟਣ, ਜਿਵੇਂ ਕੋਈ ਇੱਥੇ ਬਾਰਡਰ ਦਾ ਰੂਪ ਧਾਰਨ ਕਰ ਗਿਆ ਹੋਵੇ, ਜਿਵੇਂ ਆਪਾਂ ਕਿਤੇ ਪਾਕਿਸਤਾਨ ਦੇ ਬਾਰਡਰ 'ਤੇ ਖੜ੍ਹੇ ਹੋਈਏ, ਇਹ ਸਭ ਸ਼ਰਮ ਦੀ ਗੱਲ ਹੈ। ਧੰਨਵਾਦ, ਅੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ, ਇਹ ਸਾਰੀਆਂ ਰਿਪੋਰਟਾਂ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਰਹਾਂਗੇ। ਧੰਨਵਾਦ।